ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਮੈਂ ਕੰਮ ਜਗਦੀਪ ਸਿੰਘ। ਤੁਸੀਂ ਜਵੈਲ ਦਾ ਪੇਂਟ ਕਰਵਾਇਆ, ਤੁਹਾਨੂੰ ਕਿਵੇਂ ਦਾ ਐਕਸਪੀਰੀਅੰਸ ਰਿਹਾ? ਮੈਂ ਚਾਹੂੰਗਾ ਤੁਸੀਂ ਥੋੜ੍ਹਾ ਜਿਹਾ ਐਕਸਪੀਰੀਅੰਸ ਆਪਣਾ ਸ਼ੇਅਰ ਕਰੋ। ਸਰ ਮੈਂ ਤਕਰੀਬਨ, ਮੈਨੂੰ 2-2.5 ਮਹੀਨੇ ਹੋ ਗਏ ਜਵੈਲ ਦਾ ਸਾਰੀ ਕੋਠੀ 'ਤੇ। ਮੈਂ ਸਾਰਾ ਪੇਂਟ ਅਤੇ ਪਿਊ ਪੋਲਿਸ਼ ਵਗੈਰਾ ਸੈਮੀ ਮੈਟ ਸਭ ਜਵੈਲ ਤੋਂ ਹੀ ਕਰਵਾਇਆ। ਜਦੋਂ ਮੈਂ ਕਰਵਾ ਰਿਹਾ ਸੀ, ਮੈਂ ਜਵੈਲ ਨੂੰ ਬਹੁਤ ਜ਼ਿਆਦਾ ਜਾਣਦਾ ਨਹੀਂ ਸੀ। ਮੇਰੇ ਇੱਕ ਡੀਲਰ ਬ੍ਰਦਰ ਸੀ, ਮੇਰੇ ਕਾਫੀ ਅੱਛੇ ਮੇਰੇ ਦੋਸਤਾਂ ਨਾਲ ਸੰਬੰਧ ਸੀ ਉਹਨਾਂ ਦੇ। ਉਹਨਾਂ ਨੂੰ ਮੈਂ ਸਟਾਰਟਿੰਗ ਮਜ਼ਾਕ ਕਰਦਾ ਸੀ, ਸਮਾਨ ਤਾਂ ਮੈਂ ਤੁਹਾਡੇ ਤੋਂ ਹੀ ਲੈਣਾ, ਤੁਸੀਂ ਮੈਨੂੰ ਕਿਹੜਾ ਦਿਓਗੇ, ਏਸ਼ੀਅਨ ਦਿਓਗੇ ਜਾਂ ਕੋਈ ਹੋਰ ਡੀਲਕਸ ਵਗੈਰਾ ਦਿਓਗੇ ਜਾਂ ਕੀ, ਉਹ ਮੈਂ ਜਵੈਲ ਦੇਵਾਂਗੇ। ਅੱਛਾ, ਮੈਂ ਉਹਨਾਂ ਨੂੰ ਕਹਿੰਦਾ ਸੀ ਜਵੈਲ ਯਾਰ ਕੋਈ ਬ੍ਰਾਂਡ ਨੇਮ ਤਾਂ ਨਹੀਂਗਾ, ਅਤੇ ਚਲੋ ਬਾਕੀ ਤੁਸੀਂ ਜੋ ਮਰਜ਼ੀ ਦਿਓ, ਬਟ ਮੈਨੂੰ ਵਧੀਆ ਦਿਓ, ਜੇ ਕੱਲ੍ਹ ਨੂੰ ਮੈਂ ਤੁਹਾਨੂੰ ਤੁਹਾਡੇ 'ਤੇ ਫੇਰ ਦੇਵਾਂਗੇ। ਅੱਛਾ, ਉਹਨਾਂ ਨੇ ਮੈਨੂੰ ਜਵੈਲ ਦਾ ਪੇਂਟ ਦਿੱਤਾ ਅਤੇ ਮੈਂ ਲਾ ਕੇ ਯੂਜ਼ ਕਰਕੇ ਵੇਖਿਆ। ਸਟਾਰਟਿੰਗ 'ਚ ਉਹਨਾਂ ਨੇ ਮੈਨੂੰ ਨਾ ਇੱਕ ਪ੍ਰੀਮੀਅਮ ਦਾ ਇੱਕ ਲੀਟਰ ਮੈਨੂੰ ਬੋਕ ਇੱਕ ਪੀਸ ਦਿੱਤਾ। ਉਹ ਕਹਿੰਦੇ ਵੀ ਤੁਸੀਂ ਇੱਕ ਪ੍ਰੀਮੀਅਮ ਥੋੜ੍ਹੀ ਜਿਹਾ ਤੁਸੀਂ ਕੀ ਬੋਲਦੇ ਇਹਨੂੰ ਪ੍ਰੀਮਿਕਸ, ਕੀ ਸਟਾਰਟਿੰਗ ਕੀ ਆ, ਪ੍ਰਾਈਮਰ, ਸੋਰੀ ਪ੍ਰਾਈਮਰ ਦਿੱਤਾ ਉਹਨਾਂ ਨੂੰ ਵੀ ਇਹ ਯੂਜ਼ ਕਰੋ ਅਤੇ ਤੁਸੀਂ ਬਾਕੀ ਕੋਈ ਵੀ ਤੁਸੀਂ ਲਗਾ ਲਓ ਏਸ਼ੀਅਨ ਵਗੈਰਾ ਕੁਛ ਵੀ। ਅਤੇ ਮੈਂ ਜਦੋਂ ਉਹਦਾ ਵੇਖਿਆ ਵੀ ਉਹਨੇ ਏਰੀਆ ਕਿੰਨਾ ਕਵਰ ਕੀਤਾ, ਕਿ ਉਹਦੀ ਸਮੂਥਨੈਸ ਅਤੇ ਉਹਦੀ ਸ਼ਾਈਨਿੰਗ ਕਿੰਨੀ ਆਈ, ਉਦੋਂ ਉਦੋਂ ਸਟਾਰਟਿੰਗ ਮੈਨੂੰ ਫੇਥ ਹੋ ਗਿਆ ਸੀ। ਜਿਵੇਂ ਮੈਂ ਕੋਠੀ ਤੋਂ ਬਾਅਦ ਮੈਂ ਡਿਸਾਈਡ ਕਰ ਲਿਆ ਕਿ ਸਾਰਾ ਜਵੈਲ ਹੀ ਲਊਂ, ਮੈਂ ਜਵੈਲ ਲਾਇਆ। ਅੱਜ ਮੈਂ 100% ਸੈਟਿਸਫਾਈ ਹੈ। ਈਵਨ ਮੈਂ ਜਵੈਲ ਨੂੰ ਇੰਨਾ, ਮੈਂ ਅੱਗੇ ਮੈਨੂੰ ਸੋਚ ਲੱਗਦਾ ਸੀ ਵੀ ਕੁਛ ਇੱਕ ਮਾਰਕਾ ਕਹਿ ਲਓ ਜਾਂ ਇੱਕ ਲੁਧਿਆਣਾ ਬੇਸ ਕੰਪਨੀ ਕਹਿ ਲਓ, ਬਟ ਅੱਜ ਮੈਨੂੰ ਪਤਾ ਲੱਗ ਗਿਆ ਕਿ ਕੰਪਨੀ ਦੇ ਵਿੱਚ ਕੁਛ ਜਾਨ ਹੈ, ਕੁਆਲਿਟੀ ਦੱਸਦੀ ਹੈ, ਸ਼ਾਈਨ ਦੱਸਦਾ। ਮੈਂ ਆਪਣੇ ਕੰਮ ਤੋਂ ਬਾਅਦ 3 ਕੰਮ ਹੋਰ ਕਰਵਾ ਤੇ, ਉਹਨਾਂ ਨੂੰ ਵੀ ਜਵੈਲ ਦਾ ਰੈਫਰੈਂਸ ਦਿੱਤਾ ਅਤੇ ਗਰੰਟੀ ਮੈਂ ਭਰੀ, ਕਿਉਂਕਿ ਮੈਂ ਆਲਰੇਡੀ ਯੂਜ਼ ਕਰ ਚੁੱਕਿਆ ਸੀ ਅਤੇ ਜਵੈਲ ਤੋਂ ਮੈਂ 100% ਸੈਟਿਸਫਾਈ। ਤੁਹਾਡੇ ਪੇਂਟ ਇੰਟੀਰੀਅਰ ਜਿਹੜਾ ਹੈ, ਇਹ ਕਿਹੜਾ ਪ੍ਰੋਡਕਟ ਦੇ ਅੰਦਰ? ਲੁੱਕ ਆਊਟ, ਲੁੱਕ ਅੰਦਰ ਬਾਹਰ ਸਾਰਾ ਅੰਦਰ ਬੇਗਨ ਪ੍ਰੈਕਟਿਸ ਅੰਦਰ ਅੰਦਰ ਬੇਗਨ। ਇਹ ਭਾਈ ਸਾਹਿਬ ਸਾਡੇ ਪੇਂਟਰ ਪ੍ਰੈਕਟਿਸਰ ਜੀ ਨੇ। ਕੀ ਭਾਈ ਤੁਹਾਡਾ ਨਾਮ? ਮਨਪ੍ਰੀਤ ਸਿੰਘ। ਕਿੰਨੇ ਸਾਲ ਹੋ ਗਏ ਤੁਹਾਨੂੰ ਜੁੜਨ ਦੇ? ਮੈਨੂੰ ਤਕਰੀਬਨ ਹੋ ਗਏ 6-7 ਸਾਲ। ਤਸੱਲੀ ਹੈ ਪੂਰੀ ਤੁਹਾਡੀ? ਹਾਂਜੀ। ਅੰਦਰ ਇਹਨਾਂ ਦੇ ਸਾਰਾ ਬੇਗਨ ਪ੍ਰੈਕਟ ਹੋਏ, ਬਾਹਰ ਲੁੱਕ ਆਊਟ ਹੋਏ, ਉਹਦੇ ਨਾਲ ਆਪਣਾ ਅੰਦਰ ਪੀਯੂ ਵੀ ਸਾਰੀ ਜਵੈਲ ਦੀ ਅਟੈਚ ਸਾਰੀ ਜਵੈਲ ਦੀ। ਟੋਟਲ ਮੇਰੇ ਕੋਈ ਵੀ ਪਾਲਿਸ਼ ਵਗੈਰਾ ਕੁਝ ਵੀ ਮੈਂ ਜਵੈਲ ਦੇ ਇਲਾਵਾ ਕੋਈ ਪੇਂਟ ਨੂੰ ਵਾੜਿਆ ਨਹੀਂ, ਨਾ ਮੈਂ ਵਾੜਾ। ਜਿਹੜੇ ਹਿਸਾਬ ਨਾਲ ਮੈਂ ਉਹਦੇ ਰੇਟ ਥੋੜ੍ਹੇ ਜਿਹੇ 10% 5% ਪਲੱਸ ਹੈ ਦੂਜੇ ਨਾਲੋਂ, ਬਟ ਉਹ ਕਿਤੇ ਨਾ ਕਿਤੇ ਏਰੀਆ ਕਰਦੇ ਕਵਰ ਜ਼ਿਆਦਾ ਕਰਦੇ ਹੈ, ਕਿਤੇ ਨਾ ਕਿਤੇ ਤੁਹਾਨੂੰ ਜ਼ਿਆਦਾ ਸਮੂਥ ਨੇ, ਜ਼ਿਆਦਾ ਸ਼ਾਈਨਿੰਗ। ਮੈਨੂੰ ਲੱਗਦਾ ਵੀ ਜਿਵੇਂ ਹੁਣ ਤਾਂ 3-4 ਮਹੀਨੇ ਹੋਏ ਆ ਪੇਂਟ ਕਰਾਏ ਨੂੰ, ਮੈਨੂੰ ਲੱਗਦਾ ਇਹਦੇ ਮਤਲਬ ਲਾਈਫ ਸਾਈਕਲ ਵੀ ਜ਼ਿਆਦਾ ਹੋਊਗਾ, ਜੇ ਉਹ 2 ਸਾਲ ਤੱਕ ਸ਼ਾਈਨ ਕਰਦਾ ਤਾਂ ਇਹਦਾ ਵੀ ਜ਼ਿਆਦਾ ਕਰੂਗਾ। ਬਿਲਕੁਲ ਠੀਕ ਹੈ, ਅਤੇ ਮਤਲਬ ਕੁੱਲ ਮਿਲਾ ਕੇ ਰਿਵੇਨਿਟੀ ਜ਼ਿਆਦਾ ਹੈ, ਸਸਤਾ ਪਿਆ। ਥੈਂਕ ਯੂ ਜੀ। ਓਕੇ। Mm-hmm.